ਸਤਿ ਸ਼੍ਰੀ ਅਕਾਲ, ਮੈਂ ਸਤਬੀਰ ਕੌਰ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਦੇਸੀ ਘਿਓ ਕਿਵੇਂ ਬਣਾਈਦਾ ਆ। ਹਰ ਕਿਸੇ ਦਾ ਆਪੋ ਆਪਣਾ ਤਰੀਕਾ ਅਤੇ ਐਕਸਪੀਰੀਅੰਸ ਹੁੰਦਾ ਆ, ਸੋ ਅੱਜ ਮੈਂ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਤੁਹਾਡੇ ਨਾਲ ਸ਼ੇਅਰ ਕਰੂੰਗੀ। ਜਿਹੜਾ ਦੇਸੀ ਘਿਓ ਆ ਉਹ ਦਹੀਂ ਨੂੰ ਰਿੜਕ ਕੇ ਵੀ ਬਣਦਾ ਆ ਅਤੇ ਮਲਾਈ ਤੋਂ ਵੀ ਬਣਦਾ ਆ, ਅਤੇ ਮੈਂ ਜਿਹੜਾ ਆ ਉਹ ਮਲਾਈ ਤੋਂ ਬਣਾਉਣਾ ਆ, ਅਤੇ ਮੈਂ ਕੋਈ ਜਾਗ ਨਹੀਂ ਲਗਾਉਣੀ ਮਤਲਬ ਕਿ ਦਹੀਂ ਦੀ। ਮਲਾਈ ਜਿਹੜੀ ਇਕੱਠੀ ਕੀਤੀ ਹੋਈ ਆ ਉਹਦੇ ਤੋਂ ਹੀ ਬਣਾਉਂਗੀ। ਸਭ ਤੋਂ ਪਹਿਲਾਂ ਜਿਹੜਾ ਆ ਉਹ ਦੁੱਧ ਨੂੰ ਗਰਮ ਕਰਨਾ ਆ, ਮਤਲਬ ਕਿ ਦੁੱਧ ਨੂੰ ਜਿਹੜਾ ਮੈਂ ਬਿਲਕੁਲ ਹੀ ਲੋ ਤੋਂ ਮੀਡੀਅਮ ਹੀਟ ਦੇ ਉੱਤੇ ਗਰਮ ਕਰਦੀ ਹਾਂ। ਇਹਨੂੰ ਗਰਮ ਹੋਣ ਨੂੰ ਕੋਈ ਅੱਧਾ ਘੰਟਾ ਜਿਹੜਾ ਨੋਰਮਲੀ ਲੱਗ ਜਾਂਦਾ ਆ, ਅਤੇ ਜਦੋਂ ਹਲਕਾ ਜਿਹਾ ਉਬਾਲ ਦੁੱਧ ਵਿੱਚ ਆਵੇ ਤਾਂ ਉਦੋਂ ਜਿਹੜਾ ਇਹਦੇ ਵਿੱਚ ਇੱਕ ਵਾਰੀ ਕੜਛੀ ਜਿਹੜੀ ਆ ਉਹ ਫੇਰ ਦੇਣੀ ਆ, ਅਤੇ ਇਸ ਤਰ੍ਹਾਂ ਮੈਨੂੰ 2 ਜਾਂ 3 ਵਾਰੀ ਜਿਹੜੀ ਕੜਛੀ ਉਹ ਫੇਰਨੀ ਪੈਂਦੀ ਆ, ਅਤੇ ਜਦੋਂ ਇਹ ਦੁੱਧ ਰਿੱਝਣਾ ਸ਼ੁਰੂ ਹੋ ਜਾਵੇ ਤਾਂ ਉਦੋਂ ਜਿਹੜਾ ਆ ਦੁੱਧ ਨੂੰ ਢੱਕ ਕੇ ਕੋਈ 10 ਤੋਂ 15 ਮਿੰਟ ਤੱਕ ਜਿਹੜਾ ਆ ਐਵੇਂ ਹੀ ਰਿੱਝਣ ਦੇਣਾ ਆ। ਇਹਦੇ ਨਾਲ ਕੀ ਹੁੰਦਾ ਆ ਕਿ ਇੱਕ ਤਾਂ ਦੁੱਧ ਦਾ ਜਿਹੜਾ ਟੇਸਟ ਆ ਉਹ ਵਧੀਆ ਹੋ ਜਾਂਦਾ, ਦੁੱਧ ਥੋੜ੍ਹਾ ਜਿਹਾ ਕੱਢ ਜਾਂਦਾ ਆ, ਅਤੇ ਨਾਲ ਕੀ ਹੁੰਦਾ ਕਿ ਜਿਹੜੀ ਮਲਾਈ ਆ ਉਹ ਬਹੁਤ ਹੀ ਵਧੀਆ ਆਉਂਦੀ ਆ। ਅਤੇ ਜਦੋਂ 10-15 ਮਿੰਟ ਬਾਅਦ ਜਿਹੜਾ ਆ ਜਦੋਂ ਦੁੱਧ ਰਿੱਝ ਜਾਵੇ ਚੰਗੀ ਤਰ੍ਹਾਂ, ਫਿਰ ਇਹਨੂੰ ਢੱਕ ਕੇ ਠੰਡਾ ਹੋਣ ਲਈ ਰੱਖ ਦੇਣਾ ਆ। ਜਦੋਂ ਦੁੱਧ ਚੰਗੀ ਤਰ੍ਹਾਂ ਠੰਡਾ ਹੋ ਜਾਂਦਾ ਆ ਫਿਰ ਮੈਂ ਜਿਹੜਾ ਇਸ ਨੂੰ ਜਿਹੜਾ ਆ ਫਰਿੱਜ ਵਿੱਚ ਰੱਖ ਦਿੰਦੀ ਹਾਂ। ਅਤੇ ਹੁਣ ਜਿਹੜਾ ਮੈਂ ਫਰਿੱਜ ਵਿੱਚੋਂ ਦੁੱਧ ਕੱਢ ਲਿਆ ਆ, ਅਤੇ ਇਸ ਨੂੰ ਜਿਹੜਾ ਆ ਇਹਦੀ ਮਲਾਈ ਜਿਹੜੀ ਮੈਂ ਉਤਾਰ ਲੈਣੀ ਆ। ਫਰਿੱਜ ਨੂੰ ਕੋਈ 6-7 ਘੰਟੇ ਜਿਹੜਾ ਫਰਿੱਜ 'ਚ ਦੁੱਧ ਪਿਆ ਰਹਿੰਦਾ ਆ, ਅਤੇ ਫਿਰ ਉਹਦੀ ਜਿਹੜੀ ਮਲਾਈ ਆ ਉਤਾਰ ਲਈਦੀ ਆ। ਅਤੇ ਇਸ ਤਰ੍ਹਾਂ ਕਰਕੇ ਜਿਹੜਾ ਆ ਉਹ ਮੈਂ ਰੋਜ਼ ਦੇ ਰੋਜ਼ ਜਿਹੜਾ ਮਲਾਈ ਜਦੋਂ ਉਤਾਰਦੀ ਹਾਂ ਅਤੇ ਫਿਰ 10 ਦਿਨਾਂ ਬਾਅਦ ਜਿਹੜਾ ਆ ਉਹ ਦੁੱਧ ਦੀ ਜਿਹੜੀ ਮਲਾਈ ਤੋਂ ਜਿਹੜਾ ਫਿਰ ਮੱਖਣ ਬਣਾ ਲਈਦਾ ਆ। ਦੁੱਧ ਨੂੰ ਜੇ ਤੁਸੀਂ ਕਿਸੇ ਨੈੱਟ ਨਾਲ ਜਾਲੀ ਨਾਲ ਢੱਕੋਗੇ ਤਾਂ ਮਲਾਈ ਜਿਹੜੀ ਵਧੀਆ ਆਉਂਦੀ ਆ। ਸੋ ਇਹ ਜਿਹੜੀ ਆ ਇਹ 10 ਦਿਨਾਂ ਦੀ ਮਲਾਈ ਜਿਹੜੀ ਮੈਂ ਇਕੱਠੀ ਕੀਤੀ ਆ, ਅਤੇ ਇਸ ਤੋਂ ਮੈਂ ਬਣਾਉਂਗੀ ਪਹਿਲਾਂ ਮੱਖਣ। ਅਤੇ ਜਿਹੜਾ ਮੈਂ ਮੱਖਣ ਆ ਉਹ ਹੈਂਡ ਬਲੈਂਡਰ ਨਾਲ ਵੀ ਬਣਾ ਲੈਂਦੀ ਹਾਂ, ਪਰ ਅੱਜ ਮੈਂ ਮਿਕਸੀ 'ਚ ਬਣਾਉਂਗੀ। ਸੋ ਮੈਂ ਇੱਕ ਗੱਲ ਇੱਥੇ ਹੋਰ ਦੱਸੂੰਗੀ ਕਿ ਇਹ ਮੌਸਮ ਦੇ ਹਿਸਾਬ ਨਾਲ ਹੁੰਦਾ ਆ। ਅਗਰ ਗਰਮੀਆਂ ਆ ਤਾਂ ਤੁਸੀਂ ਜਿਹੜਾ ਮਲਾਈ ਦੇ ਵਿੱਚ ਥੋੜ੍ਹਾ ਜਿਹਾ ਨੋਰਮਲ ਜਿਹੜਾ ਪਾਣੀ ਆ ਉਹ ਪਾ ਲਵੋ, ਅਗਰ ਥੋੜ੍ਹਾ ਮੌਸਮ ਸਰਦ ਆ ਮਤਲਬ ਕਿ ਠੰਡਾ ਆ ਤਾਂ ਫਿਰ ਇਹਦੇ ਵਿੱਚ ਥੋੜ੍ਹਾ ਜਿਹਾ ਗਰਮ ਪਾਣੀ ਪਾ ਲਓ। ਮੈਂ ਜਿਹੜਾ ਆ ਉਹ ਥੋੜ੍ਹਾ ਜਿਹਾ ਕੋਸਾ ਜਿਹਾ ਪਾਣੀ ਜਿਹੜਾ ਉਹ ਪਾਇਆ ਆ, ਅਤੇ ਇਹਦੇ ਨਾਲ ਕੀ ਹੁੰਦਾ ਆ ਜਿਹੜਾ ਮੱਖਣ ਆ ਉਹ ਜਲਦੀ ਬਣ ਜਾਂਦਾ ਆ ਅਤੇ ਵਧੀਆ ਬਣਦਾ ਆ। ਪਾਣੀ ਪਾਉਣ ਤੋਂ ਬਾਅਦ ਜਿਹੜਾ ਨਾ ਦੋਨਾਂ ਨੂੰ ਮਿਕਸ ਕਰ ਲੈਣਾ ਆ, ਕਿਉਂਕਿ ਮਲਾਈ ਠੰਡੀ ਸੀ ਅਤੇ ਉੱਤੋਂ ਜਿਹੜਾ ਕੋਸਾ ਜਿਹਾ ਪਾਣੀ ਪਾਇਆ ਸੀ, ਇਸ ਦਾ ਜਿਹੜਾ ਟੈਂਪਰੇਚਰ ਆ ਉਹ ਸੈੱਟ ਹੋ ਜਾਵੇ, ਫਿਰ ਮੈਂ ਇਸਨੂੰ ਕਰ ਲੂੰਗੀ ਬਲੈਂਡ। ਜਿਹੜਾ ਪਾਣੀ ਠੰਡਾ ਜਾਂ ਤੱਤਾ ਪਾਉਣ ਦਾ ਇਹ ਫਾਇਦਾ ਹੁੰਦਾ ਆ ਕਿ ਇੱਕ ਤਾਂ ਜੇ ਤੁਸੀਂ ਹੱਥ ਨਾਲ ਰਿੜਕਦੇ ਹੋ ਤਾਂ ਤੁਹਾਡੇ ਹੱਥਾਂ ਦਾ ਜ਼ਿਆਦਾ ਜ਼ੋਰ ਨਹੀਂ ਲੱਗਦਾ, ਅਤੇ ਜੇ ਤੁਸੀਂ ਮਸ਼ੀਨ ਦੇ ਵਿੱਚ ਮਿਕਸੀ ਜਾਂ ਬਲੈਂਡਰ 'ਚ ਬਣਾਉਂਦੇ ਹੋ ਤਾਂ ਮਸ਼ੀਨ ਦਾ ਜ਼ਿਆਦਾ ਜ਼ੋਰ ਨਹੀਂ ਲੱਗਦਾ। ਸੋ ਜਿਹੜਾ ਮੱਖਣ ਆ ਉਹ ਬਣ ਗਿਆ ਹੈ ਅਤੇ ਮੈਨੂੰ ਇੱਕ ਪਤੀਲੇ ਵਿੱਚ ਕੱਢ ਲਿਆ ਆ। ਸਭ ਤੋਂ ਪਹਿਲਾਂ ਜਿਹੜਾ ਮੱਖਣ ਆ ਇਹਨੂੰ ਮੈਂ ਵੱਖਰਾ ਕਰੂੰਗੀ ਦੁੱਧ ਨਾਲੋਂ, ਕਿਉਂਕਿ ਮੈਂ ਇਹਨੂੰ ਖੱਟਾ ਨਹੀਂ ਲਗਾਇਆ ਸੀ, ਮਤਲਬ ਕਿ ਇਹਨੂੰ ਦਹੀਂ ਜਾਗ ਨਹੀਂ ਲਗਾਈ ਸੀ, ਤਾਂ ਇਹ ਦੁੱਧੀ ਆ। ਅਤੇ ਇਸ ਨੂੰ ਤੁਸੀਂ ਜਿਹੜਾ ਆ ਯੂਜ਼ ਕਰ ਸਕਦੇ ਹੋ, ਇਹਦੇ ਤੋਂ ਤੁਸੀਂ ਪਨੀਰ ਬਣਾ ਸਕਦੇ ਹੋ, ਜੋ ਕਿ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਦੱਸਾਂਗੀ। ਸਭ ਤੋਂ ਪਹਿਲਾਂ ਜਿਹੜਾ ਮੈਂ ਦੁੱਧ ਅਤੇ ਦੁੱਧ ਨੂੰ ਮੱਖਣ ਨਾਲੋਂ ਜਿਹੜਾ ਵੱਖਰਾ ਕਰ ਲੈਣਾ ਆ, ਅਤੇ ਫਿਰ ਮੈਂ ਜਿਹੜਾ ਆ ਉਹ ਮੱਖਣ ਆ ਉਹਨੂੰ ਇੱਕ ਮਤਲਬ ਕਿ ਸਾਫ਼ ਪਾਣੀ ਦੇ ਨਾਲ ਜਿਹੜਾ ਆ ਉਹ ਚੰਗੀ ਤਰ੍ਹਾਂ ਵਾਸ਼ ਕਰ ਲਉਂਗੀ, ਅਤੇ ਵਾਸ਼ ਕਰਨ ਤੋਂ ਬਾਅਦ ਜਿਹੜਾ ਇਹਦਾ ਬਣਾਉਣਾ ਆ ਘਿਓ। ਹੁਣ ਬਣਾਉਣਾ ਆ ਘਿਓ, ਅਤੇ ਘਿਓ ਬਣਾਉਣ ਵਾਸਤੇ ਜਿਹੜਾ ਆ ਮੈਂ ਮੱਖਣ ਨੂੰ ਜਿਹੜਾ ਆ ਬਿਲਕੁਲ ਹੀ ਲੋਅ ਫਲੇਮ ਦੇ ਉੱਤੇ ਜਿਹੜਾ ਰੱਖ ਦੇਣਾ ਆ, ਅਤੇ ਜਿਹੜਾ ਮੱਖਣ ਆ ਹੌਲੀ ਹੌਲੀ ਜਿਹੜਾ ਉਹ ਮੈਲਟ ਹੋਣਾ ਸ਼ੁਰੂ ਹੋ ਗਿਆ ਆ। ਇਹਨੂੰ ਜਿਹੜਾ ਮੈਂ 2-3 ਵਾਰੀ ਕੜਛੀ ਨਾਲ ਹਿਲਾ ਦਊਂਗੀ। ਇਹਦੇ ਨਾਲ ਕੀ ਹੁੰਦਾ ਆ ਕਿ ਜਿਹੜਾ ਪੈਨ ਦਾ ਜਿਹੜਾ ਪਤੀਲੇ ਦਾ ਜਿਹੜਾ ਤਲਾ ਆ ਉਹਦੇ ਨਾਲ ਜਿਹੜੀ ਆ ਘਿਓ ਦੀ ਛਿੱਡੀ ਹੁੰਦੀ ਉਹ ਨਹੀਂ ਚਿਪਕਦੀ, ਅਤੇ ਪਤੀਲਾ ਜਿਹੜਾ ਉਹ ਸਾਫ਼ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ ਆ। ਅਤੇ ਮੈਂ ਜਿਹੜੇ ਇਹਦੇ ਵਿੱਚ ਮੱਖਣ ਤੋਂ ਲੈ ਕੇ ਘਿਓ ਬਣਨ ਤੱਕ ਦੇ ਜਿੰਨਾ ਵੀ ਸਟੈਪ ਆ ਸਾਰੇ ਤੁਹਾਡੇ ਨਾਲ ਸ਼ੇਅਰ ਕੀਤੇ ਆ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਵੇਂ ਘਿਓ ਜਿਹੜਾ ਉਹ ਬਣਦਾ। ਪਹਿਲਾਂ ਮੱਖਣ ਮੈਲਟ ਹੁੰਦਾ ਆ, ਫਿਰ ਉਹਦੇ ਉੱਤੇ ਝੱਗ ਜੀ ਆਉਂਦੀ ਆ ਜੋ ਕਿ ਬਾਹਰ ਵੀ ਆ ਸਕਦੀ ਆ ਪਤੀਲੇ 'ਚੋਂ ਉੱਬਲਦੀ ਆ, ਫਿਰ ਹੌਲੀ ਹੌਲੀ ਜਿਹੜਾ ਆ ਉਹ ਝੱਗ ਤੋਂ ਜਿਹੜੀਆਂ ਗੁੱਠਲੀਆਂ ਜਿਹੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਆ, ਅਤੇ ਘਿਓ ਜਿਹੜਾ ਆ ਉਹ ਵੱਖਰਾ ਹੋਣਾ ਸ਼ੁਰੂ ਹੋ ਜਾਂਦਾ ਆ।
ਸੋ ਘਿਓ ਜਿਹੜਾ ਆ ਉਹ ਬਣਨਾ ਸ਼ੁਰੂ ਹੋ ਗਿਆ ਆ। ਇਹਦੇ ਵਿੱਚ ਵਾਈਟ ਕਲਰ ਦੀਆਂ ਗੁਠਲੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਆ, ਅਤੇ ਜਿਹੜਾ ਘਿਓ ਆ ਉਹ ਵੱਖਰਾ ਹੋਣਾ ਸ਼ੁਰੂ ਹੋ ਗਿਆ ਆ। ਜਿਹੜੀਆਂ ਵਾਈਟ ਕਲਰ ਦੀਆਂ ਗੁਠਲੀਆਂ ਆ ਇਹਨਾਂ ਨੂੰ ਛਿੱਟੀ ਕਹਿੰਦੇ ਆ। ਅਤੇ ਜਿਹੜੀ ਜਦੋਂ ਤੁਸੀਂ ਇਸ ਤਰ੍ਹਾਂ ਹਿਲਾਉਂਦੇ ਹੋ ਕੜਛੀ ਦੇ ਨਾਲ, ਜਿਹੜੀ ਛਿੱਡੀ ਆ ਉਹ ਪੈਨ ਦੇ ਤਲੇ ਨਾਲ ਨਹੀਂ ਚਿਪਕਦੀ। ਅਤੇ ਜਦੋਂ ਇਹ ਛਿੱਡੀ ਬਰਾਊਨ ਹੋਣੀ ਸ਼ੁਰੂ ਹੋ ਜਾਵੇ ਤਾਂ ਸਮਝੋ ਕਿ ਜਿਹੜਾ ਘਿਓ ਆ ਉਹ ਤਿਆਰ ਹੋ ਗਿਆ ਆ। ਜਦੋਂ ਇਹ ਬਰਾਊਨ ਹੋ ਜਾਵੇ ਤਾਂ ਉਦੋਂ ਇਹਨੂੰ ਜਿਹੜਾ ਗੈਸ ਦਾ ਫਲੇਮ ਆ ਉਹ ਬੰਦ ਕਰ ਦੇਣਾ ਆ, ਅਤੇ ਘਿਓ ਨੂੰ ਜਿਹੜਾ ਢੱਕ ਕੇ ਰੱਖ ਦੇਣਾ ਆ, ਅਤੇ ਫਿਰ ਆਪਣੇ ਸੇਕ ਨਾਲ ਹੀ ਜਿਹੜਾ ਬਣ ਜਾਂਦਾ ਆ। ਜਦੋਂ ਘਿਓ ਥੋੜ੍ਹਾ ਠੰਡਾ ਹੋ ਜਾਵੇ ਉਦੋਂ ਇਹਨੂੰ ਜਿਹੜਾ ਆ ਉਹ ਵੱਖਰਾ ਕਰ ਲੈਣਾ। ਤੁਸੀਂ ਦੇਖ ਸਕਦੇ ਹੋ ਕਿ ਪੈਨ ਦੇ ਨਾਲ ਛਿੱਟੀ ਨਹੀਂ ਚਿਪਕੀ, ਅਤੇ ਇਸ ਤਰ੍ਹਾਂ ਜਿਹੜਾ ਆ ਘਿਓ ਆ ਉਹ ਤਿਆਰ ਹੋ ਗਿਆ ਆ। ਅਤੇ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਪਸੰਦ ਆਈ ਹੋਵੇ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ, ਐਂਡ ਥੈਂਕ ਯੂ ਫੋਰ ਵਾਚਿੰਗ।